नमस्कार दोस्तों, मैं तुहाडा दोस्त मनु। और दोस्तों, पंजाब कोरपोरेटिव बैंक वालों मैनेजर अते क्लर्क अते डाटा ओपरेटर दी जिहड़ी जॉब वैकेंसी दी अनाउंसमेंट होई सी। इस तों अलावा इस विच स्टेनोग्राफर दी भी पोस्टां शामिल सन। दोस्तों, यह पोस्टां अक्टूबर विच रिलीज़ हुईयां सी, बट उस तों बाद जिहड़ी इह वापस लै लई गई, मतलब यह डिले कर दित्ती गई है पोस्ट। अच्छा, आप चैक कर सकते हैं, इन्होंने ऑफिशियल वैबसाइट उपर पा दिता सी कि जिहड़ी आह पोस्ट आपां कढ़ी सी 23/9/2020 नूं, तो वह पोस्टपोन कर दी गई, तो छेती ही यह जारी कर देंगे। बट हूँ ऑफिशियल न्यूज़ जारी हो चुकी है कि पंजाब सहकारी बैंक वालों जी 1600 पोस्टा की पोस्ट कढ़ी गई सन, वह हूँ मार्च के लास्ट विच, मतलब मार्च के थर्ड वीक या फोर्थ वीक के रिक्रूटमेंट की ऑफिशियल अनाउंसमेंट हो जाएगी। यह रंधावा साहब का ऑफिशियल ट्वीट है, जिस विच 1600 मुलाजम, मतलब 802 पंजाब की 802 ब्रांचा जी कोरपोरेटिव बैंक दिया, उन्होंने 1600 मुलाजम की भर्ती होने का निश्चय इन्होंने ले लिया है। एंड इस तो इलावा इन्होंने जिहड़े कि नंबर ऑफ पोस्ट की अनाउंसमेंट भी कर दी गई है। आप चैक कर सकते हैं जिहड़े मैनेजर की पोस्ट ने 41 पोस्टा होणगियां, ते सीनियर मैनेजर की पोस्ट 41 पोस्ट होणगियां, जूनियर मैनेजर की पोस्ट 58 पोस्ट होणगियां, ਅਤੇ ITO ਦੀ ਪੋਸਟ ਜਿਹੜੀ 10 ਪੋਸਟਾਂ ਹੋਣਗੀਆਂ ਟੋਟਲ, ਅਤੇ ਕਲਰਕ ਦੀਆਂ ਪੋਸਟਾਂ 1477 ਪੋਸਟਾਂ ਹੋਣੀਆਂ। ਦੋਸਤੋ, ਤੁਸੀਂ ਕਲਰਕ ਨੂੰ ਪੁਆਇੰਟ 'ਤੇ ਰੱਖ ਕੇ ਚੱਲੋ ਕਿ ਆਪਾਂ ਕਲਰਕ ਦਾ ਹੀ ਇਗਜ਼ਾਮ ਕਲੀਅਰ ਕਰਨਾ। ਅਤੇ ਦੋਸਤੋ, ਇਹਨਾਂ ਸਾਰੀ ਪੋਸਟ ਵਾਸਤੇ ਗ੍ਰੈਜੂਏਸ਼ਨ ਕੈਂਡੀਡੇਟ ਕਿਸੇ ਵੀ ਸਟਰੀਮ ਵਿੱਚ, ਚਾਹੇ ਤੁਸੀਂ BA ਕੀਤੀ ਹੈ, BCOM ਜਾਂ BSC ਕੀਤੀ ਹੈ, ਬਸ ਗ੍ਰੈਜੂਏਸ਼ਨ ਪਾਸ ਹੋਣੇ ਚਾਹੀਦੇ ਹੋ, ਅਤੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ। ਦੋਸਤੋ, ਇਹ ਗੱਲ ਤਾਂ ਸ਼ੋਰ ਹੋ ਚੁੱਕੀ ਹੈ ਕਿ ਮਾਰਚ ਦੇ ਲਾਸਟ ਵਿੱਚ ਇਹ ਪੋਸਟਾਂ ਦੀ ਅਨਾਊਂਸਮੈਂਟ ਹੋ ਜਾਵੇਗੀ। ਹੁਣ ਆਪਾਂ ਇਹ ਪੋਸਟ ਵਿੱਚ ਜੇ ਆਪਾਂ ਸਿਲੈਕਸ਼ਨ ਲੈਣਾ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਸਿਲੇਬਸ ਪਤਾ ਹੋਣਾ ਚਾਹੀਦਾ। ਦੋਸਤੋ, ਕਲਰਕ ਦਾ ਸਿਲੇਬਸ ਤੁਹਾਡੇ ਸਾਹਮਣੇ 2 ਇਗਜ਼ਾਮ ਹੋਣਗੇ, ਇੱਕ ਪ੍ਰੀ ਇਗਜ਼ਾਮ ਹੁੰਦਾ ਹੈ ਅਤੇ ਇੱਕ ਮੇਨ ਇਗਜ਼ਾਮ ਹੁੰਦਾ ਹੈ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ, ਸਭ ਤੋਂ ਪਹਿਲਾਂ ਪ੍ਰੀ ਇਗਜ਼ਾਮ ਵਿੱਚ ਰੀਜ਼ਨਿੰਗ ਐਬਿਲਿਟੀ ਅਤੇ ਮੈਥ ਅਤੇ ਇੰਗਲਿਸ਼ ਰਿਲੇਟਡ ਆਪਣੇ ਤੋਂ ਕੁਸ਼ਚਨ ਪੁੱਛੇ ਜਾਣਗੇ, ਅਤੇ ਮੇਨਸ ਵਿੱਚ ਰੀਜ਼ਨਿੰਗ ਐਬਿਲਿਟੀ, ਕੰਪਿਊਟਰ ਨੌਲੇਜ ਅਤੇ ਮੈਥ ਅਤੇ ਇੰਗਲਿਸ਼ ਲੈਂਗੁਏਜ ਅਤੇ ਜਨਰਲ ਅਵੇਅਰਨੈਸ ਰਿਲੇਟਡ ਕੁਸ਼ਚਨ ਪੁੱਛੇ ਜਾਣਗੇ। ਦੋਸਤੋ, ਇੰਨਾ ਕੁਛ ਆਪਾਂ ਨੂੰ ਪੋਸਟ ਆਉਣ ਤੋਂ ਪਹਿਲਾਂ ਹੀ ਜਦੋਂ ਪਤਾ ਚੱਲ ਜਾਂਦਾ ਹੈ, ਅਤੇ ਆਪਾਂ ਫਿਰ ਵੀ ਕੋਈ ਤਿਆਰੀ ਨਾ ਕਰੀਏ ਇਗਜ਼ਾਮ ਦੀ ਅਤੇ ਇਗਜ਼ਾਮ ਨੂੰ ਪਾਸ ਨਾ ਕਰੀਏ, ਤਾਂ ਸ਼ਰਮ ਵਾਲੀ ਗੱਲ ਹੁੰਦੀ ਹੈ। ਆਪਣੇ ਆਪ 'ਤੇ ਸ਼ਰਮ ਕਰਨੀ ਚਾਹੀਦੀ ਆਪਾਂ ਨੂੰ। ਜ਼ਿਆਦਾਤਰ ਬੱਚਿਆਂ ਦੀ ਇਹੀ ਪ੍ਰੋਬਲਮ ਹੁੰਦੀ ਹੈ, ਜਾਂ ਤਾਂ ਉਹਨਾਂ ਨੂੰ ਪੋਸਟਾਂ ਦਾ ਪਤਾ ਨਹੀਂ ਚੱਲਦਾ ਕਦੋਂ ਪੋਸਟਾਂ ਆਉਂਦੀਆਂ ਅਤੇ ਕਦੋਂ ਜਾਂਦੀਆਂ ਨੇ, ਜੇ ਪਤਾ ਵੀ ਚੱਲ ਜਾਂਦਾ ਤਾਂ ਉਸਦਾ ਪੈਟਰਨ ਦਾ ਨਹੀਂ ਪਤਾ ਹੁੰਦਾ ਕਿ ਕੀ ਕਿਹੜੇ ਕਿਹੜੇ ਸਿਲੇਬਸ ਰਿਲੇਟਡ ਆਪਣੇ ਤੋਂ ਕੁਸ਼ਚਨ ਪੁੱਛੇ ਜਾਣਗੇ। ਜੇ ਸਿਲੇਬਸ ਪਤਾ ਹੁੰਦਾ ਤਾਂ ਆਪਾਂ ਨੂੰ ਬੈਸਟ ਬੁੱਕ ਦਾ ਨਹੀਂ ਪਤਾ ਹੁੰਦਾ। ਹੁਣ ਦੇਖੋ, ਪੋਸਟਾਂ ਬਾਰੇ ਤੁਹਾਨੂੰ ਪਤਾ ਲੱਗ ਗਿਆ, ਹੁਣ ਸਿਲੇਬਸ ਤੁਹਾਡੇ ਸਾਹਮਣੇ ਇਹਦਾ ਸਕਰੀਨਸ਼ੋਟ ਆ ਲਓ, ਅਤੇ ਹੁਣ ਬੈਸਟ ਬੁੱਕ ਇਹ ਸਿਲੇਬਸ ਕਿਹੜੀ ਬੁੱਕ ਵਿੱਚੋਂ ਕਵਰ ਕਰਨਾ, ਉਸਦਾ ਲਿੰਕ ਮੈਂ ਆਲਰੇਡੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾ ਦਿੱਤਾ। ਅੰਦਰ ਬੁੱਕ ਨੂੰ ਆਰਡਰ ਕਰ ਸਕਦੇ ਹੋ ਅਤੇ 3 ਦਿਨਾਂ ਦੇ ਅੰਦਰ ਉਹ ਤੁਹਾਡੇ ਘਰ ਪਹੁੰਚ ਜਾਵੇਗੀ ਬੁੱਕ, ਅਤੇ ਕੈਸ਼ ਔਨ ਡਿਲੀਵਰੀ ਤੁਸੀਂ ਕਰ ਸਕਦੇ ਹੋ। ਮਤਲਬ ਜਦੋਂ ਬੁੱਕ ਤੁਹਾਡੇ ਘਰ ਪਹੁੰਚ ਜਾਂਦੀ ਆ, ਉਦੋਂ ਉਹਨੂੰ ਰੁਪਈਏ ਦਿਓ ਅਤੇ ਆਪਣੀ ਬੁੱਕ ਲਓ ਉਹਨਾਂ ਤੋਂ, ਅਤੇ ਆਪਣੀ ਸਟੱਡੀ ਸਟਾਰਟ ਕਰੋ। ਉਹ ਦੋਸਤੋ, ਜੇ ਇਸ ਪੋਸਟ ਰਿਲੇਟਡ ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ। ਐਂਡ ਅਗਰ ਕੋਈ ਦਿੱਕਤ ਆਉਂਦੀ ਹੈ ਇਸ ਬੁੱਕ ਨੂੰ ਔਨਲਾਈਨ ਪਰਚੇਜ਼ ਕਰਨ ਵਿੱਚ, ਖਰੀਦਣ ਵਿੱਚ ਕੋਈ ਦਿੱਕਤ ਆਉਂਦੀ ਹੈ, ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ। ਮੈਂ ਨੈਕਸਟ ਪਾਰਟ ਜਿਹੜਾ ਔਨਲਾਈਨ ਕਿਵੇਂ ਪਰਚੇਜ਼ ਕਰਨਾ, ਔਨਲਾਈਨ ਔਡਰ ਕਿਵੇਂ ਕਰਨੀ ਹੈ ਇਹ ਬੁੱਕ, ਉਹ ਤੁਹਾਨੂੰ ਸਮਝਾ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ, ਪਲੀਜ਼ ਚੈਨਲ ਨੂੰ ਸਪੋਰਟ ਕਰੋ, ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਕਰ ਲਓ।